ਤੁਹਾਡਾ ਕਪਾਹ ਨੂੰ ਲੱਗਾ ਖਾਣਾ ਹੈ ਮੈਨੂੰ ਉਤੂ ਆਡਰ ਹੋਏ ਭਈਏ ਟਬਰ ਖਰਾਇਤ ਨੀ ਕਰੇਂਦਾ ਇਹਨਾਂ ਦੀ ਜਮਤੀ ਤੇ ਝਾੜਵਾ ਬਹਾਦਰ ਨਹੀਂ ਹੁਣ ਤਾਂ ਕੀੜਾ ਹੈ ਕੋਈ ਗੱਲ ਨੀ ਕੋਈ ਗੱਲ ਨੀ ਬਿਮਾਰੀ ਪਾਏ ਗਈ ਸਫਾਈ ਹੋ ਗਈ ਮੈਂ ਇੱਕ ਲੜੀ ਤੇ ਚਾੜਨਾ ਤੇ ਵਾਲ ਪਾਈ ਤੇ ਚਾੜਵਾ ਨਾ ਅੱਛਾ ਇਹ ਸੁਣਾ ਜਿਹੜੀ ਡੇਢ ਨਾਲ ਵਧੀ ਰੀੜਦੀ ਏ ਤੁਹਾਡੀ ਸੱਕੀ ਏ ਇਹ ਮੈਂ ਆਪ ਮਸੀਨੇ ਦਾ ਦੌਰ ਲਾ ਕੇ ਅਗਲੀ ਤੇ ਪੀਏ ਚੜਦਾ ਅੱਛਾ ਪਿੱਛੋਂ ਕੱਲ ਆਇਆ ਟਬਰ ਤੁਹਾਡੇ ਪਾਸੇ ਆ ਬਣਾਏ ਤੂੰ ਆਪ ਆਵੇਂ ਜਿਹੜਾ ਲੜੇ ਤੇ ਕਿੱਟੂ ਦਾ ਮਾਰੇ ਵਾਹ ਭਾਈ ਵਾਹ ਅੱਛਾ ਭਾਈ ਆ ਕੋਈ ਬੜੀ ਪਾ ਕਰੇ ਨੀ ਬੇਗੈਰਤ ਮੈਂ ਕੀੜਾ ਤੁਹਾਡੇ ਘਰ ਫਜ਼ਲੋ ਰਹਿਮਾਨ ਬਿਮਾਰੀਆਂ ਮਰੋ ਤੁਹਾਡਾ ਸੱਕਾ ਦਵਾਈ ਮੁੱਕ ਗਈ ਜਿਹੜਾ ਆ ਕੇ ਮੈਨੂੰ ਪੂਜੇ ਦਿੰਦੇ ਪਏ ਦਵਾਈ ਕਿੱਥੋਂ ਮੁੱਕੀ ਹੈ ਦਵਾਈ ਹੈ ਤੈਨੂੰ ਪਤਾ ਨਾ ਕੀ ਹੈ ਜਿਹੜਾ ਮੋਟਿਆਂ ਤੇ ਚਾਹ ਤੇ ਵਾਦਾ ਕਰੇ ਤੇ ਤੈਨੂੰ ਫੌਤ ਕਰ ਤੂੰ ਸਹੀ ਵੇ ਮੋਟੇ ਅਕਲ ਦੇ ਤੂੰ ਤਾਂ ਫਾਟ ਕੇ ਮੈਨੂੰ ਅਖਬਾਰ ਦਿਓ ਬਈ ਸਾਡੀ ਨੂੰ ਇਹ ਲੱਗਾ ਅਸਾਂ ਅਖਬਾਰ ਕਿਉਂ ਦਿਵਾਂ ਹੈ ਜ਼ਰਾ ਦੇ ਦਫ਼ਤਰ ਦੇ ਬੂਹੇ ਦੇ ਉੱਤੇ ਤੇਰੀ ਨਾਨੀ ਦਾ ਫੋਟੋ ਨਹੀਂ ਟੰਗਿਆ ਖਲੋ ਉਹਦੇ ਸਭ ਟੰਗੇ ਹੋਇਆ ਬਾਤੇ ਸਾਨੂੰ ਪਤਾ ਹੈ ਸਾਰੇ ਪਾਸੇ ਤੁਹਾਡੀ ਨਿਸ਼ਾਨੀਆਂ ਦਾ ਕਾਲ ਖੈਰ ਆਈ ਮੈਨੂੰ ਕੰਡੇ ਦੇ ਚਾਹ ਕੇ ਘਰ ਨਰ ਮਾਦੀ ਵੇ ਤੇ ਬੈਠਿਆ ਰਿਪੋਰਟ ਤੇ ਵੇ ਦਾਮੇ ਚ ਜ਼ਹਿਰ ਹੈ ਹੀ ਕਿ ਕੋਈ ਨਾ ਬੜਾ ਦਰੀਲਾ ਇਹ ਤਾਂ ਕਪਾ ਆਈ ਵਾਦਾ ਜੇ ਤੁਹਾਡੇ ਪਿੰਡੇ ਤੇ ਫੇਰ ਵੰਜਾਂ ਤਾਂ ਮਹੀਨਾ ਰੱਤਾ ਲਾ ਦਾ ਮੈਂ ਅੱਗੇ ਆਦਾ ਬਾਬਾ ਤਾਜ਼ਾ ਕਪਾ ਆਏ ਚੁ ਬਾਹਰ ਨਿਕਲੇ ਤੇ ਉਹਦਾ ਅਗਲਾ ਹੀ ਸਾਰਾ ਰੱਤਾ ਲਾ ਲਈ ਮੈਂ ਕਿ ਜਮ ਬਿਮਾਰੀ ਚੰਬੜੀ ਹੈ ਜਿਹੜਾ ਤੇਰੇ ਪਿਓ ਨੂੰ ਮੈਂ ਲੜਿਆ ਉਹ ਤਾਂ ਮਹੀਨਾ ਜ਼ਖਮ ਘਰ ਹੀ ਨਹੀਂ ਵੀ ਖਾ ਸਕਦਾ ਡਾਕਟਰ ਕੋਲੇ ਬਈ ਇਹ ਕੀੜੇ ਦੀਆਂ ਇਹ ਮਾਰਾਈ ਨੇ ਕੱਲ ਨੂੰ ਪਿਓ ਪੋਤਰ ਚੌਕੇ ਬਾਤ ਪਾਟ ਕੇ ਭਾਈ ਬੰਦੇ ਆਵੇ ਬਸ ਇਹ ਤੁਹਾਨੂੰ ਆਦਾ ਨਾ ਤੁਹਾਨੂੰ ਕੀੜਾ ਪਿਟਾਈ ਖੜੇ ਭਾਈ ਕੀੜਾ ਪਿਟਾਈ ਤੇ ਖਲੋ ਤੋ ਹੈ ਜਿਹੜਾ ਸਾਡਾ ਮਸੂਲ ਤੁਹਾਡੇ ਅੰਦਰ ਪਿਆ ਵੈਂਦਾ ਕੈਸਾ ਹੈ ਨਹੀਂ ਬੈਠਣੀ ਹਰ ਕੋਈ ਕਪਾ ਆਏ ਜੋ ਫਾਸਟ ਆ ਕੇ ਤੂੰ ਸਾਨੂੰ ਹੈ ਪਿਓ ਪੋਤਰ ਮੁਸਤਾਜਰੀ ਇਹ ਬਧੀ ਸੀ ਅਸਾਂ ਭਾਵੇਂ ਮੁਸਤਾਜਰੀ ਬਧੀ ਸਾਂ ਲੇਕਿਨ ਤੁਹਾਡੀਆਂ ਧੀਆਂ ਬਹਿਣਾ ਪੁਣਸੂ ਬਈ ਸਾਡੇ ਨਾਲ ਕੀੜਾ ਦਿਆਤੀ ਪਿਆ ਕਰੇ ਮੈਂ ਤੁਹਾਡਾ ਸੱਕਾ ਮਰੋ ਸੱਕਾ ਤੂੰ ਕਿੱਥੋਂ ਹੈ ਸੱਕਾ ਤੇ ਸਾਡਾ ਨੁਕਸਾਨ ਕਰੇ ਆ ਇਹ ਤਾਂ ਬਈ ਉਹ ਗੰਦੀ ਨਸਲ ਹੈ ਜਿੱਥੇ ਘੋੜਾ ਛੇਕ ਤੇ ਚਮੂਤਰੇ ਇਸੇ ਦੀ ਨਸਲ ਪੈਦਾ ਹੋਵੇ ਗੰਦਗੀ ਤੇ ਜੰਮਨੇ ਆ ਤੇ ਗੰਦਗੀ ਤੇ ਤਿਆਰ ਹੋਣੇ ਆ ਇਹ ਤੁਹਾਡੇ ਪਿਛਾੜੂ ਵਾਲਾ ਗੱਡ ਔਰ ਮੇਰਾ ਹੌਸਟਲ ਹੈ
ਪੰਦਰਾਂ ਵੀਹ ਲਟਕੇ ਗਏ ਜੀ ਆ